ਪਿਕਅਪ ਵੈਨ ਪਲਟਣ ਕਾਰਨ 14 ਲੋਕ ਜ਼ਖਮੀ। ਹੁਸ਼ਿਆਰਪੁਰ ਚਿੰਤਪੁਰਨੀ ਮਾਰਗ ਤੇ ਪਿੰਡ ਮੰਗੂਵਾਲ ਨੇੜੇ ਪਿਕਅਪ ਵੈਨ ਦੇ ਪਲਟਣ ਕਾਰਨ 14 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸੰਬੰਧੀ ਲੇਬਰ ਲੈ ਕੇ ਗਗਰੇਟ ਜਾ ਰਹੇ ਠੇਕੇਦਾਰ ਧਰਮੇਸ਼ ਕੁਮਾਰ ਨੇ ਦੱਸਿਆ ਕਿ ਵੈਨ ਵਿੱਚ 32 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਬੱਚੇ ਤੇ ਔਰਤਾਂ ਵੀ ਸ਼ਾਮਲ ਸਨ, ਕਿ ਮੰਗੂਵਾਲ ਨੇੜੇ ਵੈਨ ਦਾ ਡਰਾਈਵਰ ਵੈਨ ਤੋਂ ਸੰਤੁਲਨ ਗੁਆ ਬੈਠਾ ਤੇ ਵੈਨ ਬੇਕਾਬੂ ਹੋ ਕੇ ਪਲਟ ਗਈ। ਲੇਬਰ ਜਾਂਦੀ ਸੀ, ਉਹ ਤੇਜ਼ ਜ਼ਿਆਦਾ ਗੱਡੀ ਸੀ, ਤੇਜ਼ ਜ਼ਿਆਦਾ ਸੀ ਤਾਂ ਉਹਨੇ ਮੋੜ ਮੋੜੀ ਨਾਲੇ ਗੱਡੀ ਲਪਟ ਗਈ, ਮਤਲਬ ਕੰਟਰੋਲ ਨਹੀਂ ਹੋਈ ਉਸ ਗੱਡੀ। ਗਾੜੀ ਮੇਂ ਕੋਈ 30-32 ਲੋਕ ਹੋਗੇ, ਇਹ ਸੀ ਇੱਦਾਂ ਪਿਕਅਪ ਗਾੜੀ, ਇਸ ਵਾਸਤੇ ਲੋਕ ਘਾਇਲ ਹੋ ਗਏ। ਇਹ ਉੱਥੇ ਬਨਖੇੜੀ ਦੇ ਲਾਗੇ ਕੋਈ ਸੀਗਾ ਟੈਂਟ ਵਗੈਰਾ, ਉਹ ਡਿੱਗਿਆ ਹੈਗਾ, ਉਹਦੇ ਕਰਕੇ ਥੋੜ੍ਹੇ ਆਏ ਆ, ਅਤੇ ਜਿਹਨਾਂ ਵਿੱਚੋਂ 14 ਪੇਸ਼ੈਂਟ ਟੋਟਲ ਸਾਡੇ ਕੋਲ ਆਏ ਆ, ਅਤੇ 14 ਦੇ ਵਿੱਚੋਂ ਇੱਕ ਦੇ ਥੋੜ੍ਹੀ ਫ੍ਰੈਕਚਰ ਲੱਗਦੀ ਹੈ, ਉਹ ਅਸੀਂ ਐਕਸ-ਐਕਸ ਹੁਣੇ ਕਰਵਾਉਣ ਲੱਗੇ ਹਾਂ। ਟਰੈਕ ਦੇ ਬਾਕੀ ਸਾਰੇ ਡਾਕਟਰਸ ਨੇ ਦੇਖ ਲਿਆ, ਅਤੇ ਸਾਰੇ ਸਰਜੀਕਲ ਸਾਰੇ ਔਰਥੋ ਸਪੈਸ਼ਲਿਸਟ ਸਭ ਨੇ ਆ ਕੇ ਦੇਖ ਲਿਆ, ਸਭ ਦੇ ਆਲਮੋਸਟ ਹੋ ਗਿਆ। ਅਤੇ ਜਿਹੜੇ ਕੁਛ ਅਸੀਂ ਦਾਖਲ ਕਰਨੇ ਉਹ ਵਾਰਡ 'ਚ ਦੂਜੇ ਵਾਰਡ 'ਚ ਲੈ ਦਾਂਗੇ, ਅਤੇ ਬਾਕੀ ਜਿਹੜੇ ਉਹ ਕੁਛ ਹੱਲ